ਅਸਲਾਮੁਅਲੈਕਮ ਪਿਆਰੇ ਦੋਸਤੋ ਕੀ ਹਾਲ ਚਾਲ ਹੈ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਲਾ ਦੇ ਫਜ਼ਲੋ ਕਰਮ ਨਾਲ ਮੈਂ ਵੀ ਠੀਕ ਠਾਕ ਹਾਂ ਤੇ ਮੇਰੀ ਦੁਆ ਹੈ ਤੁਹਾਡੇ ਨਾਲ ਅੱਲਾ ਮੀਆਂ ਤੁਹਾਨੂੰ ਖੁਸ਼ ਰੱਖੇ ਆਬਾਦ ਰੱਖੇ ਜਿੱਥੇ ਵੀ ਰਹੋ ਸਦਾ ਹੱਸ ਹੱਸਦੇ ਮੁਸਕਰਾਤੇ ਰਹੋ ਤੇ ਇਸ ਦੁਆ ਦੇ ਨਾਲ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ YouTube ਦੇ ਹਵਾਲੇ ਨਾਲ ਜਿਹੜੀ ਕਿ YouTube ਦੀ ਅਪਡੇਟ ਨਵੀਂ ਆਈ ਹੈ ਜਿਹੜੀ ਕਿ ਸ਼ਾਰਟ ਵੀਡੀਓ ਦੇ ਆਈ ਅਪਡੇਟ ਕਿ YouTube ਨੇ ਜਿਹੜਾ ਇਹ ਨਵਾਂ ਪ੍ਰੋਗਰਾਮ ਲਾਂਚ ਕੀਤਾ ਹੈ ਜਿਹੜਾ ਕਿ ਨਵੇਂ ਸਾਲ ਦੇ ਪਹਿਲੇ ਮਹੀਨੇ ਨੂੰ ਇਹ ਲਾਗੂ ਹੋਣਾ ਵਾ YouTube ਚੈਨਲ ਤੇ 10 ਮਿਲੀਅਨ ਵਿਊਜ਼ ਲੈਵੇ 10 ਮਿਲੀਅਨ ਵਿਊਜ਼ ਲੈਵੇ 3 ਮਹੀਨੇ ਚ ਆ ਜਾਂਦਾ ਹੈ ਨਵੇਂ ਇੱਕ ਯੂਟਿਊਬਰ ਉਤੇ ਤੇ ਤੇ ਫਿਰ ਪਿਆਰੇ ਦੋਸਤੋ ਕੋਈ ਜ਼ਰੂਰਤ ਨਹੀਂ ਹੈਗੀ ਕਿ ਵਾਚ ਟਾਈਮ ਮੁਕੰਮਲ ਨਹੀਂ ਹੋਏਗਾ ਤੇ ਮੋਨਟਾਈਜ਼ ਨਹੀਂ ਹੋਏਗਾ ਅਗਰ 10 ਮਿਲੀਅਨ views ਆ ਜਾਂਨ ਉਹਦਾ ਵਾਚ ਟਾਈਮ 4000 ਤੋਂ ਪਲੱਸ ਚਲਾ ਜਾਏਗਾ ਉਹਦੇ ਸਬਸਕ੍ਰਾਈਬਰ 4000 ਤੋਂ ਪਲੱਸ ਚਲੇ ਜਾਂਦੇ ਦੇਖੋ ਜੀ ਮੈਂ ਕੈਲਕੂਲੇਟਰ ਤੇ ਸਾਫ਼ ਕੀਤਾ ਹੈ ਕਿ 2.5 ਲੱਖ views ਅਗਰ ਤੁਹਾਡੀ ਸਾਰੀਆਂ ਵੀਡੀਓ ਤੇ ਟੋਟਲ ਤੇ ਆ ਜਾਂਦੇ ਐ ਤੇ 10 ਮਹੀਨੇ ਕਿਹਾ ਨਾ YouTube ਨੇ ਅਗਰ ਤੁਹਾਡੇ 2.5 ਲੱਖ views ਆ ਜਾਂਦੇ ਨੇ ਸ਼ਾਰਟ ਵੀਡੀਓ ਲੌਂਗ ਵੀਡੀਓ ਤੁਸੀਂ ਪਾਉਂਦੇ ਜੇ ਆਪਣੇ ਚੈਨਲ ਤੇ ਅਗਰ 2.5 ਲੱਖ ਵਿਊਜ਼ ਆ ਜਾਂਨਾਂ ਉਹਦੇ ਵਿੱਚ 41060 ਘੰਟੇ ਵਾਚ ਟਾਈਮ ਬਣ ਜਾਂਦਾ ਅਗਰ 1 ਮਿੰਟ ਵਾਚ ਕਰਨ ਲੋਕ ਤੇ 1 ਮਿੰਟ ਵਾਚ ਕਰਨ ਦੇ ਠੀਕ ਹੈ ਮੈਂ ਸਮਝਦਾ ਕਿ 30 ਸੈਕਿੰਡ ਵੀ ਵਾਚ ਕਰਨ 30 ਸੈਕਿੰਡ ਜਿਹੜੇ ਨੇ ਟੱਚ ਕਰ ਦਿਆ ਕਰ ਦਿਆ ਹੋ ਜਾਂਦੇ ਨੇ ਥੋੜੀ ਜਿਹੀ ਪੰਜਾਬੀ ਜੋ ਕੋਈ ਵੀ ਕੋਈ ਵੇਖੇ 30 ਸੈਕਿੰਡ ਵੀ ਵਾਚ ਕਰਨਾ ਤੇ 5 ਲੱਖ ਵਿਊਜ਼ ਆ ਜAVE ਨਾ ਤੇ ਜਿਹੜਾ ਹੈ ਵਾਚ ਟਾਈਮ ਮੁਕੰਮਲ ਹੋ ਜਾਂਦਾ ਹੈ ਵਾਚ ਟਾਈਮ ਕਰਨਾ ਹੀ ਸਾਰਾ ਮੁਸ਼ਕਲ ਹੁੰਦਾ ਹੈ ਸਬਸਕ੍ਰਾਈਬ ਜਿਹੜੇ ਨੇ ਉਹ ਹੋ ਜਾਂਦੇ ਨੇ ਠੀਕ ਹੈ ਬੜੇ ਮੇਰੇ ਵਰਗੇ ਮੇਰੇ ਭਰਾ YouTube ਤੇ ਦੇਖਿਆ ਉਹਨਾਂ ਦੇ ਸਬਸਕ੍ਰਾਈਬਰ ਮੁਕੰਮਲ ਹੋ ਚੁੱਕੇ ਨੇ ਲੇਕਿਨ ਵਾਚ ਟਾਈਮ ਜਿਹੜਾ ਨਾ ਅਜੇ ਮੁਕੰਮਲ ਨਹੀਂ ਹੋਇਆ ਇੱਕ ਮੇਰਾ 200 ਆ ਇੱਕ ਮੇਰਾ 200 ਆ ਤੇ ਉਹਦੇ 1200 ਤੋਂ ਪਲੱਸ ਸਬਸਕ੍ਰਾਈਬਰ ਹੋ ਗਏ ਨੇ ਲੇਕਿਨ ਵਾਚ ਟਾਈਮ ਜਿਹੜਾ ਆ ਉਹਦਾ ਸਿਰਫ 900 ਕੇ के 800 ਕੈਂਟਾ ਹੋਇਆ ਠੀਕ ਹੈ ਜਿਹੜਾ ਕਿ ਹਜੇ ਅੱਧਾ ਵੀ ਨਹੀਂ ਹੈਗਾ YouTube ਦੀ ਪਾਲਿਸੀ ਦੇ ਮੁਤਾਬਕ ਅੱਧਾ ਵੀ ਨਹੀਂ ਉਹ ਵਾਚ ਟਾਈਮ ਹੈਗਾ ਤੇ ਇਹ ਜਿਹੜੀ ਅਪਡੇਟ ਆਈ ਏ ਇਹਦਾ ਕੋਈ ਫਾਇਦਾ ਹੀ ਨਹੀਂ ਹੈਗਾ ਨਾ ਸ਼ਾਰਟ ਵੀਡੀਓ ਵਾਲਿਆਂ ਨੂੰ ਨਾ ਜਿਹੜੀ ਲੌਂਗ ਵੀਡੀਓ ਬਣਾਉਂਦੇ ਨੇ ਉਹਨਾਂ ਵਾਸਤੇ ਆ ਠੀਕ ਹੈ ਉਹ ਕਹਿੰਦੇ ਆ ਨਾ ਪੰਜਾਬੀ ਚ ਇੱਕ ਮੁਹਾਵਰਾ ਹੈ ਕੰਨ ਇਧਰੋਂ ਫੜੋ ਇਧਰੋਂ ਫੜੋ ਉਹ ਫੜਨੇ ਹੀ ਫੜਨੇ ਆ ਠੀਕ ਹੈ ਨਾ ਤੇ ਇਹ YouTube ਦੀ ਜਿਹੜੀ ਅਪਡੇਟ ਆਈ ਏ ਬਹੁਤ ਜਿਹੜੇ ਯੂਟਿਊਬਰ ਹੈਗੇ ਨੇ ਜਿਹੜੇ ਟੈਕਨੀਕਲ ਵੀਡੀਓ ਟੈਕ ਤੇ ਬਣਾਉਂਦੇ ਨੇ ਉਹ ਕਹਿੰਦੇ ਜੀ ਕਮਾਲ ਹੋ ਗਿਆ ਐਸਾ ਅਜੇ ਤੱਕ ਮੈਨੇ ਕਦੇ ਨਹੀਂ ਦੇਖਾ YouTube ਤੇ ਕਿ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਬਹੁਤ ਪਿਆਰਾ YouTube ਨੇ ਮਕਸਦ ਕੇ ਕੋਈ ਪ੍ਰੋਗਰਾਮ ਲਾਂਚ ਕੀਤਾ ਹੋਵੇ ਠੀਕ ਹੈ ਇਹ ਕੋਈ ਪਿਆਰਾ ਮੇਰੇ ਅੰਦਾਜ਼ੇ ਮੁਤਾਬਕ ਨਹੀਂ ਹੋਏਗਾ ਬਕਾਇਆ ਜੋ ਤੁਹਾਡੇ ਜ਼ਿਹਨ ਚ ਆਈਡੀਆ ਜਿਹੜੇ ਨਵੇਂ ਯੂਟਿਊਬਰ ਨੇ ਮੇਰੇ ਤਰ੍ਹਾਂ ਉਹ ਉਹਨਾਂ ਦੀ ਕੀ ਰਾਏ ਆ ਉਹ ਕਮੈਂਟ ਬਾਕਸ ਚ ਜ਼ਰੂਰ ਦੱਸਣਾ ਠੀਕ ਹੈ ਤੇ ਇਹ ਮੇਰੀ ਤਾਂ ਸਮਝ ਚ ਖੈਰ ਨਹੀਂ ਹੋਏਗਾ ਮੈਂ ਤਾਂ ਉਹ ਸਾਰਾ ਕੈਲਕੂਲੇਟ ਕਰਕੇ ਹਿਸਾਬ ਦੱਸਿਆ ਹੈ ਤੇ ਕਮੈਂਟ ਬਾਕਸ ਤੇ ਜ਼ਰੂਰ ਆਪਣੀ ਰਾਏ ਦਿਓ ਤੇ ਨਾਲੇ ਛੋਟੀ ਜਿਹੀ ਰਿਕਵੈਸਟ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਕਰੋ ਐਸੇ ਤਰ੍ਹਾਂ ਦੀਆਂ ਕਮਾਲ ਕਮਾਲ ਵੀਡੀਓ ਆndੀਆਂ ਰਹਿੰਦੀਆਂ ਠੀਕ ਹੈ ਮੇਰੀ ਹਾਰ ਟਾਪਿਕ ਤੇ ਮੈਂ ਵੀਡੀਓ ਬਣਾਉਣਾ ਹੈ ਵਲੋਗਿੰਗ ਤੇ ਟੈਕ ਤੇ ਹਰ ਤਰੀਕੇ ਦੀ ਮੈਂ ਵੀਡੀਓ ਬਣਾਉਣਾ ਤੇ ਇੱਕ ਦੂ ਨੂੰ ਸਪੋਰਟ ਕਰੋ ਠੀਕ ਹੈ ਮੇਰਾ ਭਰਾ ਤੇ ਇਨਸ਼ਾਅੱਲਾ ਅਸੀਂ ਗਰੋ ਇਸੇ ਤਰ੍ਹਾਂ ਹੀ ਕਰਾਂਗੇ ਅਗਰ ਮੇਰੀ ਸਪੋਰਟ ਤੁਸੀਂ ਕਰ ਦੇ ਜੇ ਮੈਂ ਤੁਹਾਡੀ ਸਪੋਰਟ ਕਰਦਾ ਮੇਰੇ ਕੋਲ ਜਿੰਨੇ ਛੋਟੇ ਯੂਟਿਊਬਰਾਂ ਦੀ ਵੀਡੀਓ ਆਂਦੀ ਹੈ ਨਾ ਜਿਸ ਤਰ੍ਹਾਂ ਕਿ ਮੇਰੀ 5-10 ਲੋਕਾਂ 10-15 ਲੋਕਾਂ ਤੱਕ ਪਹੁੰਚਦੀ ਹੈ ਤੇ ਇਸਾਂ ਦੇ ਹੁੰਦੇ ਨੇ ਤਾਂ ਮੈਂ ਫੋਰੀ ਉਹਨਾਂ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਦਾ ਔਰ ਉਸ ਤੋਂ ਬਾਅਦ ਉਹਨਾਂ ਦੀ ਵੀਡੀਓ ਨੂੰ ਵੀ ਲਾਈਕ ਕਰਦਾ ਕਿਉਂਕਿ ਅਸੀਂ ਭੱਜਦੇ ਆਂ ਵੱਡਿਆਂ ਯੂਟਿਊਬਰਾਂ ਦੇ ਮਗਰ ਉਹ ਸਾਨੂੰ ਜੋ ਵੀ ਕਹਿ ਦੇਣ ਜਿਸ ਤਰ੍ਹਾਂ ਵੀ ਕਹਿ ਦੇਣ ਮਾੜਾ ਕਹਿ ਦੇਣ ਚੰਗਾ ਕਹਿ ਦੇਣ ਅਸੀਂ ਉਹਨਾਂ ਦੀ ਵੀਡੀਓ ਨੂੰ ਲਾਈਕ ਵੀ ਕਰਨਾ ਤੇ ਉਹਨਾਂ ਦੀ ਅਸੀਂ ਵੀਡੀਓ ਨੂੰ ਵੇਖਣਾ ਤੇ ਜਿਨ੍ਹਾਂ ਦੇ ਅਸੀਂ ਵੇਖਨੇ ਨਾ ਵਿਊਜ਼ ਘੱਟ ਅਸੀਂ ਉਹਨਾਂ ਦੀ ਵੀਡੀਓ ਪਲੇ ਹੀ ਨਹੀਂ ਕਰ ਦੇਗੇ ਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਛੋਟੇ ਯੂਟਿਊਬਰਾਂ ਨੂੰ ਸਪੋਰਟ ਕਰੋ ਠੀਕ ਹੈ ਜੇ ਅਗਰ ਤੁਸੀਂ ਛੋਟਿਆਂ ਨੂੰ ਕਰੋਗੇ ਤਾਂ ਤੁਹਾਨੂੰ ਵੀ ਲੋਕ ਕੋਈ ਕਰਨ ਦੇ ਉਹ ਕਹਿੰਦੇ ਨਾ ਕਰ ਭਲਾ ਸੋ ਹੋ ਭਲਾ ਠੀਕ ਹੈ ਨਾ ਤੇ ਜੇ ਅਗਰ ਤੁਸੀਂ ਕਿਸੇ ਦਾ ਕਰੋਗੇ ਨਾ ਅੱਲਾ ਤੁਹਾਡਾ ਵੀ ਕਰੇਗਾ ਠੀਕ ਹੈ ਤੇ ਮੇਰੀ ਅੱਜ ਦੀ ਵੀਡੀਓ ਇੰਨੀ ਸੀ ਤੇ ਪਿਆਰੇ ਦੋਸਤੋ ਨਵੀਂ ਵੀਡੀਓ ਚ ਨੈਕਸਟ ਵੀਡੀਓ ਚ ਫੇਰ ਮੁਲਾਕਾਤ ਹੋਵੇਗੀ ਤੇ ਤਬ ਤੱਕ ਕੇ ਲਈ ਅਲਾ ਫਿਰ